ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਦਿਲਬਾਗ ਸਿੰਘ ਰੰਧਾਵਾ, ਚੈਸਟ ਸਪੈਸ਼ਲਿਸਟ ਐਂਡ ਸਲੀਪ ਮੈਡੀਸਨ ਸਪੈਸ਼ਲਿਸਟ, ਅਮਨਦੀਪ ਗਰੁੱਪ ਆਫ ਹੋਸਪਿਟਲਸ। ਅਸੀਂ ਅੱਜ ਗੱਲ ਕਰਾਂਗੇ ਬ੍ਰੌਂਕੋਸਕੋਪੀ। ਬ੍ਰੌਂਕੋਸਕੋਪੀ ਕੀ ਹੁੰਦੀ ਹੈ, ਇਸ ਦੀ ਜਾਂਚ ਦੇ ਨਾਲ ਸਾਨੂੰ ਕੀ ਫਾਇਦਾ ਹੁੰਦਾ ਹੈ, ਉਸਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਬ੍ਰੌਂਕੋਸਕੋਪੀ ਦੂਰਬੀਨ ਰਾਹੀਂ ਫੇਫੜਿਆਂ ਅਤੇ ਸਾਹ ਵਾਲੀ ਨਲਕਿਆਂ ਦੀ ਜਾਂਚ ਨੂੰ ਬ੍ਰੌਂਕੋਸਕੋਪੀ ਕਹਿੰਦੇ ਹਨ। ਇਸ ਦੀਆਂ ਇੰਡੀਕੇਸ਼ਨਸ ਹੁੰਦੀਆਂ ਨੇ ਡਾਇਗਨੋਸਟਿਕ ਪਲੱਸ ਥੈਰਾਪੇਟਿਕ। ਡਾਇਗਨੋਸਟਿਕ ਦੇ ਵਿੱਚ ਆ ਜਾਂਦਾ ਹੈ ਕਿ ਬ੍ਰੌਂਕੋਸਕੋਪੀ ਡਾਇਗਨੋਸਿਸ ਬਣਾਉਣ ਦੇ ਵਿੱਚ ਹੈਲਪ ਕਰਦੀ ਹੈ ਪੇਸ਼ੈਂਟ ਦਾ, ਜਿਹਦੇ ਵਿੱਚ ਸਭ ਤੋਂ ਪਹਿਲਾ ਪਾਰਟ ਆ ਜਾਂਦਾ ਇਨਫੈਕਸ਼ੀਅਸ ਡਿਜ਼ੀਜ਼, ਜਿਹਦੇ ਵਿੱਚ ਆ ਜਾਂਦੇ ਆ ਨਿਮੋਨੀਆ, ਜਿਹੜੇ ਬੈਕਟੀਰੀਅਲ ਹੋ ਸਕਦੇ ਆ, ਫੰਗਲ ਹੋ ਸਕਦੇ ਆ, ਵਾਇਰਲ ਹੋ ਸਕਦੇ ਆ, ਟਿਊਬਰਕਲੋਸਿਸ ਜਾਂ ਕੋਈ ਵੀ ਇਨਫੈਕਸ਼ਨ ਜਿਹੜੀ ਲੰਗ ਨੂੰ ਇਨਫੈਕਟ ਕਰ ਰਹੀ ਆ, ਤਾਂ ਉਹਦੇ ਵਿੱਚ ਬ੍ਰੌਂਕੋਸਕੋਪੀ ਬਹੁਤ ਹੈਲਪਫੁਲ ਹੁੰਦਾ ਡਾਇਗਨੋਸਿਸ ਬਣਾਉਣ ਦੇ ਵਿੱਚ। ਕਿਉਂਕਿ ਜਦੋਂ ਵੀ ਆਪਾਂ ਨੂੰ ਕੋਈ ਐਕਸਰੇ ਜਾਂ ਸੀਟੀ ਦੇ ਉੱਤੇ ਪੈਚ ਲੱਗ ਰਿਹਾ ਹੁੰਦਾ ਲੇਕਿਨ ਪੇਸ਼ੈਂਟ ਆਪਣੀ ਬਲਗਮ ਬਾਹਰ ਨਹੀਂ ਕੱਢ ਪਾਉਂਦਾ ਜਾਂ ਬਲਗਮ ਦੇ ਇਨੀਸ਼ੀਅਲ ਟੈਸਟ ਨੈਗੇਟਿਵ ਹੁੰਦੇ ਆ, ਤਾਂ ਉੱਥੇ ਬ੍ਰੌਂਕੋਸਕੋਪੀ ਬਹੁਤ ਹੈਲਪਫੁਲ ਰਹਿੰਦੀ ਆ ਪੇਸ਼ੈਂਟ ਦਾ ਡਾਇਗਨੋਸਿਸ ਬਣਾਉਣ ਦੇ ਵਿੱਚ। ਅਤੇ ਦੂਸਰੀ ਚੀਜ਼ ਕਿ ਕਿਹੜੀਆਂ ਦਵਾਈਆਂ ਉਸ 'ਤੇ ਕੰਮ ਕਰਨਗੀਆਂ ਵਿਦ ਦੀ ਹੈਲਪ ਆਫ ਬ੍ਰੌਂਕੋਸਕੋਪੀ, ਅਸੀਂ ਉਹ ਟੈਸਟ ਕਰਕੇ ਪੇਸ਼ੈਂਟ ਦਾ ਟ੍ਰੀਟਮੈਂਟ ਟਾਈਮ ਨਾਲ ਸਟਾਰਟ ਕਰ ਸਕਦੇ ਹਾਂ। ਦੂਸਰੀ ਚੀਜ਼ ਹੁੰਦੀ ਹੈ ਜਿਵੇਂ ਲੰਗ ਕੈਂਸਰ। ਅਸੀਂ ਸਾਰੇ ਜਾਣਦੇ ਹਾਂ ਅੱਜ ਕੱਲ੍ਹ ਕਿ ਜਿਵੇਂ ਲੰਗ ਕੈਂਸਰ ਦਾ ਨੰਬਰ ਪੂਰੇ ਵਰਲਡ ਅਤੇ ਇੰਡੀਆ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਹੈ, ਤਾਂ ਲੰਗ ਕੈਂਸਰ ਨੂੰ ਟਾਈਮ ਨਾਲ ਡਾਇਗਨੋਸਿਸ ਕਰਨ ਦੇ ਵਿੱਚ ਵੀ ਬ੍ਰੌਂਕੋਸਕੋਪੀ ਇੱਕ ਬਹੁਤ ਹੈਲਪਫੁਲ ਮੋਡੈਲਿਟੀ ਹੈ। ਜਦੋਂ ਵੀ ਕੋਈ ਪੇਸ਼ੈਂਟ ਪ੍ਰੈਜੈਂਟ ਕਰਦਾ ਹੈ ਸਿਮਟਮ ਦੇ ਨਾਲ, ਜਿਹਦੇ ਵਿੱਚ ਲੰਬੇ ਟਾਈਮ ਤੋਂ ਖਾਂਸੀ ਦਾ ਆਉਣਾ, ਭਾਰ ਘਟਣਾ ਜਾਂ ਖਾਂਸੀ ਰਾਹੀਂ ਖੂਨ ਆਉਣਾ, ਤਾਂ ਐਕਸਰੇ ਜਾਂ ਸੀਟੀ ਸਕੈਨ ਦੇ ਵਿੱਚ ਪੇਸ਼ੈਂਟ ਦੇ ਫੇਫੜੇ ਦੇ ਅੰਦਰ ਕੋਈ ਮਾਸ ਜਾਂ ਗਰੋਥ ਆ ਰਹੀ ਹੁੰਦੀ ਹੈ, ਤਾਂ ਅਸੀਂ ਵਿਦ ਦੀ ਹੈਲਪ ਆਫ ਬ੍ਰੌਂਕੋਸਕੋਪ ਉਹ ਗਰੋਥ ਜਾਂ ਮਾਸ ਨੂੰ ਅਪਰੋਚ ਕਰਦੇ ਹਾਂ, ਉਹਦੇ ਤੋਂ ਪੀਸ ਲੈਂਦੇ ਹਾਂ, ਫਿਰ ਉਹ ਪੀਸ ਜਾਂਚ ਵਾਸਤੇ ਜਾਂਦਾ ਹੈ। ਅਤੇ ਇੱਕ ਤਾਂ ਉਹਦੇ ਵਿੱਚ ਵੀ ਸੇਮ ਡਾਇਗਨੋਸਿਸ ਕਨਫਰਮ ਹੋ ਜਾਂਦਾ ਕਿ ਕੈਂਸਰ ਹੈ ਕਿ ਨਹੀਂ, ਉਹਦੀ ਸਟੇਜਿੰਗ ਕਿਹੜੀ ਹੈ ਅਤੇ ਉਸਦੇ ਉੱਤੇ ਕਿਵੇਂ ਦਾ ਟ੍ਰੀਟਮੈਂਟ ਅਫੈਕਟ ਕਰੇਗਾ। ਅਤੇ ਇਸ ਤੋਂ ਇਲਾਵਾ ਜਿਵੇਂ ਫੇਫੜਿਆਂ ਦੀਆਂ ਸੁੰਗੜਨ ਦੀਆਂ ਬਿਮਾਰੀਆਂ ਹੁੰਦੀਆਂ, ILD, ਸਾਰਕੋਡੋਸਿਸ, ਉਹਦੇ ਵਿੱਚ ਵੀ ਬ੍ਰੌਂਕੋਸਕੋਪੀ ਬਹੁਤ ਹੈਲਪਫੁਲ ਰਹਿੰਦੀ ਹੈ। ਪਹਿਲੀ ਗੱਲ ਡਾਇਗਨੋਸ ਕਰਨ ਦੇ ਵਿੱਚ ਬਿਮਾਰੀ ਨੂੰ ਕਿ ਕਿਸ ਤਰ੍ਹਾਂ ਦੀ ਬਿਮਾਰੀ ਹੈ, ਸੁੰਗੜਿਆਂ ਦਾ ਕਾਰਨ ਕੀ ਹੈ, ਉਹਦੇ ਵਿੱਚ ਵੀ ਬ੍ਰੌਂਕੋਸਕੋਪੀ ਹੈਲਪਫੁਲ ਰਹਿੰਦੀ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਅੱਜ ਦੇ ਟਾਈਮ ਦੇ ਵਿੱਚ ਬ੍ਰੌਂਕੋਸਕੋਪੀ ਦਾ ਇਨਫੈਕਸ਼ੀਅਸ ਡਿਜ਼ੀਜ਼ ਦੇ ਵਿੱਚ, ਮੈਂ ਕਹੂੰਗਾ TB ਦੇ ਵਿੱਚ ਹੈ, ਕਿਉਂਕਿ TB ਵਾਲੇ TB ਦੇ ਕਰਕੇ ਮਰਨ ਵਾਲੇ ਮਰੀਜ਼ਾਂ ਦਾ ਨੰਬਰ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਅਰਾਊਂਡ ਹਰ ਟੋਟਲ 25 ਤੋਂ 26 ਲੱਖ ਇੰਡੀਆ ਦੇ ਵਿੱਚ TB ਦੇ ਨਾਲ ਪ੍ਰਭਾਵਿਤ ਹਨ, ਅਤੇ ਅਰਾਊਂਡ ਹਰ 5 ਮਿੰਟ ਪਰ 2 ਲੋਕਾਂ ਦੀ TB ਦੇ ਕਰਕੇ ਡੈਥ ਹੁੰਦੀ ਹੈ ਜੀ। ਤਾਂ ਜਦੋਂ ਵੀ ਕੋਈ ਪੇਸ਼ੈਂਟ ਸਿਮਟਮ ਦੇ ਨਾਲ ਪ੍ਰੈਜੈਂਟ ਕਰਦਾ ਹੈ, ਜਿਨ੍ਹਾਂ ਦੇ ਵਿੱਚ ਟਿਪੀਕਲ ਸਿਮਟਮ ਹੁੰਦੇ ਨੇ TB ਦੇ, ਜਿਵੇਂ ਪੇਸ਼ੈਂਟ ਨੂੰ ਫੀਵਰ ਆਉਣਾ, ਖਾਂਸੀ ਆਉਣਾ, ਭਾਰ ਘਟਣਾ, ਨਾਈਟ ਸਵੈਟਸ ਹੋਣਾ, ਲੇਕਿਨ ਪੇਸ਼ੈਂਟ ਬਲਗਮ ਨਹੀਂ ਬਾਹਰ ਕੱਢ ਪਾਉਂਦੇ, ਪਰ ਪੇਸ਼ੈਂਟ ਦਾ ਐਕਸਰੇ ਟਿਪੀਕਲ ਜਾਂ CT ਟਿਪੀਕਲ ਹੁੰਦਾ ਹੈ ਇਨ ਫੇਵਰ ਆਫ TB, ਤਾਂ ਉਸਦੇ ਵਿੱਚ ਕੀ ਹੁੰਦਾ ਕਿ ਵਿਦ ਦੀ ਹੈਲਪ ਆਫ ਬ੍ਰੌਂਕੋਸਕੋਪ ਆਪਾਂ ਡਾਇਗਨੋਸਿਸ ਕਨਫਰਮ ਕਰਦੇ ਹਾਂ। ਅਤੇ ਦੂਸਰੀ ਚੀਜ਼ ਇੱਕ ਟੈਸਟ ਹੁੰਦਾ ਹੈ ਜਿਹਨੂੰ ਆਪਾਂ ਜੀਨ ਐਕਸਪਰਟ ਜਾਂ CBNAT ਕਹਿੰਦੇ ਹਾਂ, ਉਹ ਟੈਸਟ ਹੈਲਪ ਕਰਦਾ ਹੈ ਸਾਡੀ ਇਹ ਦੱਸਣ ਦੇ ਵਿੱਚ ਕਿ ਜੋ ਆਪਾਂ ਦਵਾਈਆਂ ਦੇਣੀਆਂ ਵੀ ਆ ਪੇਸ਼ੈਂਟ ਨੂੰ ਅਸਰ ਵੀ ਕਰਨਗੀਆਂ ਕਿ ਨਹੀਂ, ਕਿਉਂਕਿ ਅੱਜ ਕੱਲ੍ਹ MDR-TB ਜਿਹਨੂੰ ਕਿ ਕਾਲੀ TB ਵੀ ਕਿਹਾ ਜਾਂਦਾ ਹੈ, ਉਸਦਾ ਇੰਸੀਡੈਂਸ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ। ਕਿਉਂਕਿ ਬਹੁਤ ਸਾਰੇ ਪੇਸ਼ੈਂਟ ਐਵੇਂ ਦੇ ਹੁੰਦੇ ਹਨ ਜਿਨ੍ਹਾਂ ਦੇ ਐਕਸਰੇ ਦੇ ਵਿੱਚ ਪੈਚ ਆ ਰਿਹਾ ਹੁੰਦਾ ਜਾਂ ਕੋਈ ਨਡਿਊਲ ਆ ਰਹੇ ਹੁੰਦੇ ਆ ਜਾਂ ਕੈਵਿਟੀ ਆ ਰਹੀ ਹੁੰਦੀ ਆ, ਤਾਂ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਕਲੀਨਿਕੋ ਰੇਡੀਓਲੋਜੀਕਲ ਬੇਸਿਸ 'ਤੇ ਸਟਾਰਟ ਕੀਤਾ ਜਾਂਦਾ ਹੈ। ਲੇਕਿਨ TB ਨੂੰ ਕਨਫਰਮ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਜਾਂ ਜੋ TB ਦੇ ਨਾਲ ਰਲਦੀਆਂ ਮਿਲਦੀਆਂ ਹੁੰਦੀਆਂ ਹਨ, ਤਾਂ ਸਭ ਤੋਂ ਪਹਿਲੀ ਚੀਜ਼ ਕਨਫਰਮੇਸ਼ਨ ਆਫ ਡਾਇਗਨੋਸਿਸ ਹੋ ਜਾਂਦੀ ਹੈ ਵਿਦ ਦੀ ਹੈਲਪ ਆਫ ਬ੍ਰੌਂਕੋਸਕੋਪ, ਕਿੰਨਾ ਪੇਸ਼ੈਂਟ ਦੇ ਵਿੱਚ ਜੋ ਬਲਗਮ ਬਾਹਰ ਨਹੀਂ ਕੱਢ ਪਾਉਂਦੇ ਜਾਂ ਜਿਨ੍ਹਾਂ ਦਾ ਇਨੀਸ਼ੀਅਲ ਬਲਗਮ ਦਾ ਟੈਸਟ ਨੈਗੇਟਿਵ ਹੁੰਦਾ ਹੈ ਜਾਂ ਉਹਨਾਂ ਨੇ ਕੁਆਲਿਟੀ ਸਪੂਟਮ ਨਹੀਂ ਦਿੱਤਾ ਹੁੰਦਾ। ਕਈ ਵਾਰ ਕੀ ਹੁੰਦਾ ਕਿ ਪੇਸ਼ੈਂਟ ਆਪਣਾ ਥੁੱਕ ਦੇ ਦਿੰਦੇ ਲੇਕਿਨ ਬਲਗਮ ਨਹੀਂ ਦਿੰਦੇ, ਤਾਂ ਉਸਦੇ ਵਿੱਚ ਵੀ ਉਹ ਪੇਸ਼ੈਂਟ ਮਿਸ ਹੋ ਜਾਂਦੇ ਆ ਜਾਂ ਅਨਡਾਇਗਨੋਸ ਰਹਿ ਜਾਂਦੇ ਹਨ। ਅਤੇ ਬ੍ਰੌਂਕੋਸਕੋਪੀ ਕੀ ਹੁੰਦਾ ਕਿ ਜਿਹੜੀ ਵੀ ਸੈਗਮੈਂਟ, ਕਿਉਂਕਿ ਫੇਫੜੇ ਦੀਆਂ ਦੋਨੋਂ ਸਾਈਡ 10 ਸੈਗਮੈਂਟ ਸੱਜੇ ਪਾਸੇ ਹੁੰਦੀਆਂ ਨੇ, 9 ਸੈਗਮੈਂਟ ਲੈਫਟ ਸਾਈਡ ਹੁੰਦੀਆਂ ਨੇ, ਤਾਂ ਜਿਹੜੀ ਸਾਈਡ ਦੇ ਵਿੱਚ ਟਿਪੀਕਲ ਕੋਈ ਪੈਚ ਜਾਂ ਨਡਿਊਲ ਜਾਂ ਕੈਵਿਟੀ ਆ ਰਹੀ ਹੁੰਦੀ ਹੈ, ਅਸੀਂ ਵਿਦ ਦੀ ਹੈਲਪ ਆਫ ਬ੍ਰੌਂਕੋਸਕੋਪ ਉਹ ਜਗ੍ਹਾ ਨੂੰ ਅਪਰੋਚ ਕਰਦੇ ਹਾਂ ਅਤੇ ਉੱਥੋਂ ਸੈਂਪਲ ਲੈ ਕੇ ਆਉਂਦੇ ਹਾਂ। ਇੱਕ ਤਾਂ ਉਸਦੇ ਨਾਲ ਉਹਦੀ ਡਾਇਗਨੋਸਟਿਕ ਐਕੂਰੇਸੀ ਵੱਧ ਜਾਂਦੀ ਹੈ, ਅਸੀਂ ਜ਼ਿਆਦਾ ਸ਼ੋਰ ਹੋ ਜਾਂਦੇ ਹਾਂ ਕਿ ਪੇਸ਼ੈਂਟ ਨੂੰ TB ਹੈ ਜਾਂ ਨਹੀਂ ਅਤੇ ਦਵਾਈਆਂ ਕਿੰਨੀਆਂ ਅਸਰ ਕਰਨਗੀਆਂ ਇਹਦੇ ਵਿੱਚ।
ਉਸ ਤੋਂ ਇਲਾਵਾ ਆ ਜਾਂਦੀ ਹੈ ਥੈਰਾਪੀਟਿਕ ਮੋਡੈਲਿਟੀ ਕਿ ਬ੍ਰੋਂਕੋਸਕੋਪੀ ਦੀ ਹੋਰ ਕਿੱਥੇ ਜ਼ਰੂਰਤ ਪੈਂਦੀ ਹੈ, ਜਦੋਂ ਵੀ ਕੋਈ ਪੇਸ਼ੈਂਟ ਮਿਊਕਸ ਪਲੱਗ ਦੇ ਨਾਲ ਆ ਜਾਂਦਾ ਜਿਹਦੇ ਵਿੱਚ ਪੇਸ਼ੈਂਟ ਦਾ ਫੇਫੜਾ ਬੰਦ ਪਿਆ ਹੁੰਦਾ ਹੈ ਜਾਂ ਪੇਸ਼ੈਂਟ ਕੋਈ ਫੋਰਨ ਬੋਡੀ ਐਸਪੀਰੇਟ ਕਰ ਲੈਂਦਾ, ਜਿਵੇਂ ਬੱਚਿਆਂ ਦੇ ਵਿੱਚ ਬਹੁਤ ਕਾਮਨ ਹੁੰਦਾ ਹੈ ਕਿ ਛੋਟੇ ਬੱਚੇ ਖੇਡਦੇ ਟਾਈਮ ਕੋਈ ਟੋਏ ਦੇ ਪਾਰਟਸ ਜਾਂ ਪੀਨਟਸ ਹੁੰਦੇ ਆ ਉਹਨਾਂ ਨੂੰ ਗਲਤੀ ਦੇ ਨਾਲ ਫੇਫੜੇ ਦੇ ਵਿੱਚ ਲੈ ਜਾਂਦੇ ਨੇ, ਅਤੇ ਵਿਦ ਦੀ ਹੈਲਪ ਆਫ ਬ੍ਰੋਂਕੋਸਕੋਪ ਆਪਾਂ ਉਹ ਅਸੀਂ ਉਹ ਪਾਰਟਸ ਨੂੰ ਰਿਮੂਵ ਕਰਦੇ ਹਾਂ ਤਾਂ ਉਹ ਇੱਕ ਲਾਈਫ ਸੇਵਿੰਗ ਮੋਡੈਲਿਟੀ ਵੀ ਕੰਮ ਕਰਦੇ ਨੇ। ICU ਦੇ ਵਿੱਚ ਪੇਸ਼ੈਂਟਸ ਹੁੰਦੇ ਆ ਆਪਣੀਆਂ ਸਕ੍ਰੀਸ਼ਨਸ ਬਾਹਰ ਨਹੀਂ ਕੱਢ ਪਾਉਂਦੇ ਤਾਂ ਉਹਨਾਂ ਦੇ ਵਿੱਚ ਵੀ ਲੰਗ ਕੋਲੈਪਸ ਬਹੁਤ ਕਾਮਨ ਪਾਇਆ ਜਾਂਦਾ ਹੈ, ਤਾਂ ਬ੍ਰੋਂਕੋਸਕੋਪ ਦੇ ਨਾਲ ਅਸੀਂ ਉਹ ਲੰਗ ਕੋਲੈਪਸ ਖੋਲ ਦਿੰਦੇ ਹਾਂ, ਸਕ੍ਰੀਸ਼ਨਸ ਨੂੰ ਕੱਢਿਆ ਜਾਂਦਾ ਹੈ, ਤਾਂ ਬ੍ਰੋਂਕੋਸਕੋਪੀ ਡਾਇਗਨੋਸਿਸ ਬਣਾ ਕੇ ਵੀ ਪੇਸ਼ੈਂਟ ਦੀ ਲਾਈਫ ਬਚਾਉਣ ਦੇ ਵਿੱਚ ਹੈਲਪ ਕਰਦਾ ਹੈ, ਅਤੇ ਐਜ ਅ ਥੈਰਾਪੀਟਿਕ ਮੋਡੈਲਿਟੀ ਵੀ ਪੇਸ਼ੈਂਟ ਵਾਸਤੇ ਲਾਈਫ ਸੇਵਿੰਗ ਆ। ਤਾਂ ਕੋਈ ਵੀ ਪੇਸ਼ੈਂਟ ਜਿਹਦੇ ਸਿਮਟਮ ਮੈਚ ਹੁੰਦੇ ਨੇ ਕੋਈ ਵੀ ਨਿਮੋਨੀਆ ਦੇ ਜਾਂ TB ਦੇ ਐਕਸਰੇ ਅਤੇ CT 'ਤੇ ਲੱਗਦਾ ਹੈ ਤਾਂ, ਲੇਕਿਨ ਉਸਦਾ ਡਾਇਗਨੋਸ ਨਹੀਂ ਬਣ ਰਿਹਾ, ਤਾਂ ਉਹ ਆਪਣੇ ਨੀਅਰ ਬਾਏ ਡਾਕਟਰ ਨੂੰ ਬ੍ਰੋਂਕੋਸਕੋਪੀ ਬਾਰੇ ਜ਼ਰੂਰ ਗੱਲ ਕਰੋ ਤਾਂ ਕਿ ਟਾਈਮ ਸਿਰ ਉਸਦਾ ਟ੍ਰੀਟਮੈਂਟ ਸਟਾਰਟ ਕੀਤਾ ਜਾ ਸਕੇ। ਥੈਂਕ ਯੂ।